ਪੰਜਾਬੀ ਕੌਮ ਦੇ ਸਮਾਜੀ ਮੁਆਸ਼ੀ ਇੰਤਜ਼ਾਮੀ ਇਕਤਸਾਦੀ ਬਹਰਾਨ ਦੀ ਵਜ੍ਹਾ ਕੀ ਹੈ? ਪਾਕਿਸਤਾਨ ਦੇ ਕਿਆਮ ਤੋਂ ਲੈ ਕੇ ਆਮ ਪੰਜਾਬੀ ਸਿਰਫ ਖੇਤੀਬਾੜੀ, ਦੁਕਾਨਦਾਰੀ, ਜਾਨਵਰ ਪਾਲਣ ਅਤੇ ਸੰਭਾਲਣ ਦੇ ਇਲਾਵਾ ਨੌਕਰੀ ਅਤੇ ਠੇਕੇਦਾਰੀ ਕਰਨ ਤੱਕ ਹੀ ਮਹਦੂਦ ਰਿਹਾ। ਅਸਲਾਮ ਅਲੈਕੁਮ ਵਰਹਿਮਤੁਲਾ ਵਬਰਕਾਤਹੁ। ਨਾਜ਼ਰੀਨ, ਤੁਹਾਡਾ ਮੇਜ਼ਬਾਨ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੈ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਵੀਡੀਓ ਵੇਖਣ ਵਾਸਤੇ ਟਾਈਮ ਕੱਢਿਆ। ਪੰਜਾਬੀ ਕੌਮ ਦੇ ਸਮਾਜੀ, ਮੁਆਸ਼ੀ, ਇੰਤਜ਼ਾਮੀ, ਇਕਤਸਾਦੀ ਬਹਰਾਨ ਦੀ ਵਜ੍ਹਾ ਕੀ ਹੈ? ਪਾਕਿਸਤਾਨ ਦੇ ਕਿਆਮ ਤੋਂ ਲੈ ਕੇ ਆਮ ਪੰਜਾਬੀ ਸਿਰਫ ਖੇਤੀਬਾੜੀ, ਦੁਕਾਨਦਾਰੀ, ਜਾਨਵਰ ਪਾਲਣ ਅਤੇ ਸੰਭਾਲਣ ਦੇ ਇਲਾਵਾ ਨੌਕਰੀ ਅਤੇ ਠੇਕੇਦਾਰੀ ਕਰਨ ਤੱਕ ਹੀ ਮਹਦੂਦ ਰਿਹਾ। ਸਿਆਸਤ ਦਾ ਖੇਲ ਨਾ ਪੰਜਾਬੀ ਨੇ ਸਿੱਖਿਆ ਅਤੇ ਨਾ ਖੇਲਿਆ। ਪਾਕਿਸਤਾਨ ਦੇ ਵਿੱਚ ਸਿਆਸਤ ਦਾ ਖੇਲ ਪਠਾਨ ਅਤੇ ਹਿੰਦੁਸਤਾਨੀ ਮਹਾਜਰਾਂ ਹੀ ਖੇਲਿਆ। ਇਸ ਲਈ ਪੰਜਾਬੀਆਂ ਅਤੇ ਪਾਕਿਸਤਾਨ ਦੇ ਹੁਕਮਰਾਨ ਵੀ ਪਠਾਨ ਅਤੇ ਹਿੰਦੁਸਤਾਨੀ ਮਹਾਜਰਾਂ ਨੇ ਕੀਤੀ। ਜਦੋਂ ਕਿ ਪਾਕਿਸਤਾਨ ਦੇ ਵਿੱਚ ਪੰਜਾਬੀਆਂ ਦੀ ਆਬਾਦੀ ਪਾਕਿਸਤਾਨ ਦੀ ਆਬਾਦੀ ਦਾ 60% ਹੋਣ ਦੀ ਵਜ੍ਹਾ ਤੋਂ ਪਾਕਿਸਤਾਨ ਦੇ ਬਣਨ ਤੋਂ ਲੈ ਕੇ ਪਾਕਿਸਤਾਨ ਦੀ ਫੌਜ ਦੇ ਵਿੱਚ ਸਿਪਾਹੀ ਤੋਂ ਲੈ ਕੇ ਅਫਸਰ ਤੱਕ ਅਕਸਰੀਅਤ ਪੰਜਾਬੀਆਂ ਦੀ ਰਹੀ। ਹੁਕਮਰਾਨੀ ਜਾਂ ਗੁਲਾਮੀ ਤਾਕਤ ਕੇ ਹੋਣ 'ਤੇ ਜਾਂ ਨਾ ਹੋਣ ਨਾਲ ਨਹੀਂ, ਬਲਕਿ ਸਿਆਸੀ ਸ਼ੌਰ ਦੇ ਹੋਣ ਜਾਂ ਨਾ ਹੋਣ ਦੀ ਵਜ੍ਹਾ ਤੋਂ ਹੁੰਦੀ ਹੈ। ਪੰਜਾਬੀ ਚਾਹੇ ਪਾਕਿਸਤਾਨ ਦੀ ਫੌਜ 'ਚ ਹੋਵੇ ਜਾਂ ਪਾਕਿਸਤਾਨ ਦੀ ਸਿਵਲ ਬਿਊਰੋਕਰੇਸੀ, ਸਹਾਫਤ ਹੋਵੇ ਅਤੇ ਭਾਵੇਂ ਸਿਆਸਤ ਦੇ ਵਿੱਚ, ਜਦੋਂ ਤੱਕ ਪੰਜਾਬੀ ਦੇ ਵਿੱਚ ਸਿਆਸੀ ਸ਼ੌਰ ਪੈਦਾ ਨਹੀਂ ਹੁੰਦਾ ਅਤੇ ਪਾਕਿਸਤਾਨ ਦੀ ਫੌਜ ਸਿਵਲ ਸਰਵਿਸਿਜ਼, ਸਹਾਫਤ ਅਤੇ ਸਿਆਸਤ ਦੇ ਵਿੱਚ ਪਾਲਿਸੀ ਬਣਾਉਣ ਦਾ ਕੰਮ ਪੰਜਾਬੀ ਸ਼ੁਰੂ ਨਹੀਂ ਕਰਦਾ, ਉਸ ਵਕਤ ਤੱਕ ਪੰਜਾਬੀ ਕੌਮ ਨੇ ਸਮਾਜੀ, ਮੁਆਸ਼ੀ ਅਤੇ ਇੰਤਜ਼ਾਮੀ ਇਕਤਸਾਦੀ ਬਹਰਾਨ ਦੇ ਵਿੱਚ ਅਤੇ ਪਾਕਿਸਤਾਨ ਨੇ ਅਦਮੇ ਇਸਤਿਹਕਾਮ ਹੀ ਰਹਿਣਾ ਹੈ। ਪੰਜਾਬੀ ਕੌਮ ਪ੍ਰਸਤੀ ਸ਼ੁਰੂ ਹੋਣ ਦੀ ਵਜ੍ਹਾ ਤੋਂ ਪੰਜਾਬੀਆਂ ਨੇ ਸਿਆਸਤ ਦਾ ਖੇਲ ਖੇਲਣਾ ਅਤੇ ਸਿੱਖਣਾ ਸ਼ੁਰੂ ਕਰ ਰਿਹਾ ਹੈ। ਇਸ ਲਈ ਉਮੀਦ ਹੈ ਕਿ ਆਹਿਸਤਾ ਆਹਿਸਤਾ ਅਨਾੜੀ ਪੰਜਾਬੀ ਕੌਮ ਪ੍ਰਸਤ ਵੀ ਸਿਆਸਤ ਦੇ ਖਿਲਾੜੀ ਪੰਜਾਬੀ ਕੌਮ ਪ੍ਰਸਤ ਬਣ ਜਾਣਗੇ। ਪਠਾਣਾਂ ਅਤੇ ਹਿੰਦੁਸਤਾਨੀ ਮਹਾਜਰਾਂ ਦੇ ਨਾਲ ਸਿਆਸੀ ਮੁਕਾਬਲਾ ਕਰਨ ਦੇ ਕਾਬਲ ਵੀ ਹੋ ਜਾਣਗੇ, ਜਿਸ ਦੀ ਵਜ੍ਹਾ ਤੋਂ ਪੰਜਾਬੀ ਕੌਮ ਵੀ ਸਮਾਜੀ, ਮੁਆਸ਼ੀ, ਇੰਤਜ਼ਾਮੀ, ਇਕਤਸਾਦੀ ਬਹਰਾਨ ਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਜਾਏਗੀ ਅਤੇ ਪਾਕਿਸਤਾਨ ਦੇ ਵਿੱਚ ਵੀ ਇਸਤਿਹਕਾਮ ਹੋਣ ਲੱਗ ਪਏਗਾ। ਇਹ ਤਹਿਰੀਰ PNF ਲਾਹੌਰ ਜ਼ੋਨ ਵੱਲੋਂ ਪੇਸ਼ ਕੀਤੀ ਗਈ।